ਅਸੀਂ ਅੰਦਰੋਂ ਨਿਕਲੇ ਹਾਂ ਸਾਡੇ ਆਉਂਦਿਆਂ ਨੂੰ ਅੱਗ ਵੱਲ ਭੜਕੀ ਪਏ ਸੀਗੇ ਸਾਡੇ ਕੋਲ ਪਾਣੀ ਨਹੀਂ ਮਾਰ ਸਕੇ ਅਸੀਂ ਪਾਣੀ ਨਹੀਂ ਮਾਰ ਸਕੇ ਅਸੀਂ ਜੋ ਸਾਡੇ ਕੋਲ ਸਮਾਨ ਆਇਆ ਅਸੀਂ ਬਾਹਰ ਕੱਢ ਕੇ ਮਾਰਿਆ ਅਸੀਂ ਗੱਡੀ ਸਾਹਿਬ ਫੋਨ ਕੀਤਾ ਸਾਰੇ ਗੱਡੀ ਆਈ ਉਹਨੇ ਅੱਗ ਬੁਝਾਈ ਹੈ ਅੰਦਰੋਂ ਕੀ ਹੋਇਆ ਕੀ ਹੋਇਆ ਇਹਦੇ ਬਾਰੇ ਸਾਨੂੰ ਕੋਈ ਪਤਾ ਨਹੀਂ ਕੀ ਲੱਗਦਾ ਸਰਕਟ ਸ਼ੋਰਟ ਹੋਇਆ ਹੋਊਗਾ ਕੁਛ ਨਹੀਂ ਕਿਹਾ ਜਾ ਸਕਦਾ ਸਰਕਟ ਸ਼ੋਰਟ ਹੋਇਆ ਕੀ ਹੋਇਆ ਕੁਛ ਕਿਆ ਜਾ ਸਕਦਾ ਇਹ ਤਾਂ ਹੁਣ ਇਹਨਾਂ ਨੂੰ ਪਤਾ ਅੰਦਰੋਂ ਕੀ ਹੈ ਕੀ ਨਹੀਂ ਕੀ ਚਲਾਣ ਡੇ ਕੀ ਨਹੀਂ ਚਲਾਣ ਡੇ ਇਹ ਤਾਂ ਇਹਨਾਂ ਨੂੰ ਪਤਾ ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਸਾਡੀ ਜੋ ਸਾਡੀ ਹਿੰਮਤ ਸੀ ਅਸੀਂ ਕੀਤੀ ਹੈ ਜੋ ਸਾਡੇ ਤੋਂ ਸਰਿਆ ਅਸੀਂ ਕੀਤਾ ਸਰ ਇਕਦਮ ਇੱਥੇ ਅੱਗ ਜੀ ਲੱਗੀ ਹੈ ਅਤੇ ਜਦੋਂ ਇਹ ਦੇਖਣਾ ਹੈ ਤਾਂ ਸਾਰੇ ਪਾਸੇ ਅੱਗ ਫੈਲ ਗਈ ਜੇ ਸ਼ੋਰਟ ਸਰਕਟ ਵੀ ਸਮਝ ਸਕਦੇ ਹਾਂ ਅਸੀਂ ਅਤੇ ਅਚਾਨਕ ਵੀ ਜਿਹਨੂੰ ਕਹਿ ਸਕਦੇ ਵੀ ਤਾਰ ਕਿਤੇ ਜੁੜ ਗਈ ਅਤੇ ਉਹਦੇ ਕਾਰਨ ਵੀ ਹੋ ਸਕਦਾ ਬਾਕੀ ਨੁਕਸਾਨ ਦੇਖੋ ਤੁਹਾਡੇ ਸਾਹਮਣੇ ਸਾਰਾ ਕਿੰਨਾ ਹੋ ਚੁੱਕਾ ਹੈ 15-20 ਲੱਖ ਤੋਂ ਉੱਪਰ ਹੀ ਟੱਪ ਗਈ ਗੇਮ ਕੁਛ ਵੀ ਨਹੀਂ ਬਚਿਆ ਉਹਦਾ ਜੋ ਕੁਛ ਵੀ ਆਇਆ ਸਾਰਾ ਤੁਹਾਡੇ ਸਾਹਮਣੇ ਦੇਖੋ ਸੁਆਹ ਹੋਇਆ ਪਿਆ ਬਾਕੀ ਤੁਸੀਂ ਆਪ ਦੇਖ ਲਓ ਤੁਹਾਡਾ ਕੀ ਨਾਂ ਜੀ ਮੇਰਾ ਪਰਮਜੀਤ ਕੁਮਾਰ ਹੈ ਜੀ ਸੁਰਿੰਦਰ ਕੁਮਾਰ ਜੀ ਸਰ ਕੀ ਕਿੱਦਾਂ ਅੱਗ ਲੱਗੀ ਪਤਾ ਕੁਛ ਲੱਗਿਆ ਪਤਾ ਨਹੀਂ ਲੱਗਾ ਮਹਾਰਾਜ 5 ਮਿੰਟ 'ਚ ਕੰਮ ਹੋ ਗਿਆ ਸਾਰਾ ਸਰ ਕਿੰਨੇ ਕੋ ਅੱਗ ਲੱਗੀ ਸੀ ਆ 8:30 ਦਾ ਟਾਈਮ ਸੀਗਾ ਟੂਟੀ ਦੇ ਹੱਥ ਧੋਣ ਗਿਆ ਆਉਂਦੇ ਦੇਖਿਆ ਸਾਲੇ ਪਰੰਬੇ ਬੱਲੇ ਪਏ ਕੀ ਲੱਗਦਾ ਕਿ ਸ਼ਾਰਟਕਟ ਸ਼ੋਰਟ ਹੋਇਆ ਹੋਊਗਾ ਕੀ ਕਹਿ ਸਕਦੇ ਮਹਾਰਾਜ ਹੁਣ ਨੂੰ ਕਿੰਨਾ ਕੁ ਨੁਕਸਾਨ ਹੋ ਗਿਆ ਸਰ ਨੁਕਸਾਨ ਤਾਂ ਮਹਾਰਾਜ 15-20 ਲੱਖ ਦਾ ਕੱਪੜਾ ਹੀ ਪਿਆ ਸੀ ਅੰਦਰ ਜੀ 2-3 ਲੱਖ ਰੁਪਏ ਨਗਦ ਪਿਆ ਸੀ ਬੈਗ ਜੀ ਜੀ ਹੋਇਆ ਦੋ ਚਲੀ ਗਈ ਚਲੀ ਗਈ ਉਹ ਕਿੱਥੋਂ ਚਲੀ ਗਈ ਬਾਹਰ ਉੱਧਰ ਉਹ ਦਲਾ ਕਰ ਮਾਪ ਕਿੱਥੇ ਮਾਰੋ ਬਾਹਰ ਉੱਧਰ